ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪੇਸ਼ ਨਹੀਂ ਹੁਣ ਤੱਕ ਦੀਆਂ ਖਬਰਾਂ ਅੱਜ ਕੁਮਾਂਤਰੀ ਮਹਿਲਾ ਦਿਵਸ ਹੈ ਇਸ ਮੌਕੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿੱਚ ਦੇਸ਼ ਦੀਆਂ 29 ਔਰਤਾਂ ਨੂੰ ਸਾਲ 2020 ਅਤੇ 2021 ਲਈ 28 ਵਰਗਾਂ ਵਿੱਚ ਨਾਰੀ ਸ਼ਕਤੀ ਪੁਰਸਕਾਰ ਪ੍ਰਦਾਨ ਕੀਤੇ ਇਹ ਪੁਰਸਕਾਰ ਭਾਸ਼ਾ ਵਿਗਿਆਨ ਉਦਮਤਾ ਖੇਤੀਬਾੜੀ ਸਮਾਜਿਕ ਕਾਰਜ ਕਲਾ ਅਤੇ ਸ਼ਿਲਪਕਾਰੀ ਮਰਚੈਂਟ ਨੇਵੀ ਸਿੱਖਿਆ ਤੇ ਸਾਹਿਤ ਅਤੇ ਦਿਵਿਆਂਗਤਾ ਅਧਿਕਾਰ ਵਰਗੇ ਖੇਤਰਾਂ 'ਚ ਦਿੱਤੇ ਗਏ 2020 ਲਈ ਨਾਰੀ ਸ਼ਕਤੀ ਪੁਰਸਕਾਰ ਦੇ ਜੇਤੂਆਂ ਵਿੱਚ ਐਸ்சிਐਸ ਨਗਰ ਦੀ ਮੀਰਾ ਠਾਕੁਰ ਵੀ ਸ਼ਾਮਲ ਹੈ ਮੀਰਾ ਠਾਕੁਰ ਵੱਲੋਂ ਸਿੱਕੀ ਕਾਹਦੀਆਂ ਸੁੱਖੀਆਂ ਤੰδα ਨਾਲ ਸ਼ਾਨਦਾਰ ਜ਼ੇਵਰ ਅਤੇ ਘਾਰ ਚ ਵਰਤਨ ਯੋਗ ਅਤੇ ਸਜਾਵਟ ਦੇ ਕੰਮ ਆਉਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਨੇ ਜ਼ਿਕਰਯੋਗ ਹੈ ਕਿ ਇਸ ਵਾਰ ਆਜ਼ਾਦੀ ਦਾ ਅੰਮ੍ਰਿਤ ਮੌਸਮ ਦੇ ਹਿੱਸੇ ਵਜੋਂ ਕਮੰਦਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਨਵੀਂ ਦਿੱਲੀ ਵਿੱਚ ਵਿਸ਼ੇਸ਼ ਸਮਾਗਮ ਕਰਵਾਏ ਗਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਮਾਂਤਰੀ ਮਹਿਲਾ ਦਿਵਸ ਤੇ ਨਾਰੀ ਸ਼ਕਤੀ ਅਤੇ ਵੱਖ-ਵੱਖ ਖੇਤਰਾਂ ਵਿੱਚ ਔਰਤਾਂ ਦੀਆਂ ਉਪਲਬਧੀਆਂ ਨੂੰ ਨਮਨ ਕੀਤਾ ਏ। ਆਪਨੇ ਇੱਕ ਟਵੀਟ ਵਿੱਚ ਔਰਤਾਂ ਕਿਹਾ ਕਿ ਭਾਰਤ ਸਰਕਾਰ ਵੱਖ-ਵੱਖ ਯੋਜਨਾਵਾਂ ਰਾਹੀਂ ਔਰਤਾਂ ਦੇ ਮਾਣ ਅਤੇ ਬਰਾਬਰ ਦੇ ਮੌਕੇ ਯਕੀਨੀ ਕਰਦਿਆਂ ਮਹਿਲਾ ਸਸ਼ਕਤੀਕਰਨ ਤੇ ਧਿਆਨ ਕੇਂਦ੍ਰਿਤ ਰੱਖੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਨਾਰੀ ਸ਼ਕਤੀ ਨੂੰ ਦੇਸ਼ ਦੇ ਵਿਕਾਸ ਦੇ ਸਫ਼ਰ ਵਿੱਚ ਅੱਗੇ ਰੱਖਣ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਅਤੇ ਇਹ ਕੋਸ਼ਿਸ਼ਾਂ ਅੱਗੇ ਵੀ ਹੋਰ ਵਧੇਰੇ ਜ਼ੋਰ ਨਾਲ ਜਾਰੀ ਰਹਿਣਗੀਆਂ। ਇੱਕ ਹੋਰ ਟਵੀਟ ਸੁਨੇਹੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕੇ ਮਨ ਕੀ ਬਾਤ ਪ੍ਰੋਗਰਾਮ ਦਿਆਂ ਕਈ ਲੜੀਆਂ ਵਿੱਚ ਉਹਨਾਂ ਮਹਿਲਾ ਸਸ਼ਕਤੀਕਰਨ ਦੇ ਵੱਖ-ਵੱਖ ਪਹਿਲੂਆਂ ਤੇ ਉਹਨਾਂ ਦੇ ਜੀਵਨ ਬੇਤਾਂਤ ਦਾ ਜ਼ਿਕਰ ਕੀਤਾ ਜਿਨ੍ਹਾਂ ਜ਼ਮੀਨੀ ਪੱਧਰ ਤੇ ਬਦਲਾਅ ਲਿਆਉਣ ਦਾ ਕੰਮ ਕੀਤਾ ਹੈ ਪੰਜਾਬ ਪੁਲਿਸ ਵੱਲੋਂ ਕੋ ਮਾਂਦਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਸਾਂਝ ਦੇ ਬੈਨਰ ਹੇਟ ਔਰਤਾਂ ਦੀ ਸਿਹਤ ਅਤੇ ਸਸ਼ਕਤੀਕਰਨ ਸੰਬੰਧੀ ਸਿੱਖਿਆ ਤੇ ਕੇਂਦ੍ਰਿਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਨੇ ਪੰਜਾਬ ਦੀ ਸਾਰੀ ਜ਼ਿਲ੍ਹਿਆਂ ਵਿੱਚ 2 ਮਾਰਚ ਤੋਂ ਸ਼ੁਰੂ ਹੋਏ ਜੀ ਸਮਾਗਮ ਦੌਰਾਨ ਕੈਂਸਰ ਜਾਗਰੂਕਤਾ ਪਾਠਨਾ ਤੋਂ ਇਲਾਵਾ ਔਰਤਾਂ ਲਈ ਸਿਹਤ ਜਾਂਚ ਅਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਮਿਊਨਿਟੀ ਅਫੇਅਰਸ ਡਿਵੀਜ਼ਨ ਅਤੇ ਔਰਤਾਂ ਤੇ ਬੱਚਿਆਂ ਵਿਰੁੱਧ ਅਪਰਾਧ ਪਰਿਵਧਿਕ ਡਾਇਰੈਕਟਰ ਜਨਰਲ ਵੀ ਨੀਰਜਾ ਨੇ ਦੱਸਿਆ ਕਿ ਸੂਬਾ ਪੁਲਿਸ ਵੱਲੋਂ ਐਸਬੀਐਸ ਨਗਰ ਮ ਆਦਿ ਲਿਆ ਵਿੱਚ ਔਰਤਾਂ ਲਈ ਮੈਡੀਕਲ ਕੈਂਪ ਇਸ ਵਿਸ਼ੇਸ਼ ਹਫਤੇ ਦੌਰਾਨ ਲਗਾਏ ਗਏ कन्या महाविद्यालय जालंधर विश्व को मातृ महिला दिवस ਦੇ ਇਸ ਬੰਦ ਵਿੱਚ ਲਤਾ ਮੰਗੇਸ਼ਕਰ ਨਾਈਟ ਕਰਵਾਈ ਗਈ ਇਸ ਪ੍ਰੋਗਰਾਮ ਰਾਹੀਂ ਭਾਰਤੀ ਮਹਾਨ ਸੁਪਤਰੀ ਲਤਾ ਮੰਗੇਸ਼ਕਰ ਨੂੰ ਸੰਗੀਤ ਮੇਂ ਸ਼ਰਧਾਂਜਲੀ ਦਿੱਤੀ ਗਈ ਕਾਲਜ ਦੀਆਂ ਟੀਚਰਾਂ ਤੇ ਵਿਦਿਆਰਥੀਆਂ ਨੇ ਲਤਾ ਮੰਗੇਸ਼ਕਰ ਵੱਲੋਂ ਗਾਈ ਕੁਝ ਹਰਮਨ ਪਿਆਰੀ ਗੀਤਾਂ ਤੇ ਆਧਾਰਿਤ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਇਸਰਾਨ ਲਤਾ ਮੰਗੇਸ਼ਕਰ ਦੇ ਪ੍ਰੇਰਣਾਤਮਕ ਜੀਵਨ ਨੂੰ ਬਿਆਨ ਕਰਦੀ ਇੱਕ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਵੀ ਪੇਸ਼ ਕੀਤੀ ਗਈ ਪ੍ਰਿੰਸੀਪਲ ਪ੍ਰੋਫੈਸਰ ਅਤੀਮਾ ਸ਼ਰਮਾ ਦਿਵੇਦੀ ਨੇ ਕੋ ਮੰਤਰੀ ਮਹਿਲਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਵਿਸ਼ਵ ਪੱਧਰ ਤੇ ਮਹਿਲਾਵਾਂ ਦੀ ਬਦਲ ਰਹੀ ਸਥਿਤੀ ਅਤੇ ਭੂਮਿਕਾ ਨੂੰ ਉਤਸ਼ਾਹਜਨਕ ਦੱਸਿਆ ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ 'ਚ ਆਪਣੀ ਪ੍ਰਤਿਭਾ ਅਤੇ ਯੋਗਤਾ ਨਾਲ ਮਹਿਲਾ ਸਸ਼ਕਤੀਕਰਨ ਦੀ ਧਾਰਨਾ ਨੂੰ ਸਕਾਰ ਕਰਨ ਵਾਲੀਆਂ ਪ੍ਰਸਿੱਧ ਸ਼ਖਸੀਅਤਾਂ ਨੂੰ ਕਾਲਜ ਵੱਲੋਂ ਚੈਂਪੀਅਨ ਆਫ ਦੀ ਚੇਂਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਆਪਰੇਸ਼ਨ ਗੰਗਾ ਤਹਿਤ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 22 ਫਰਵਰੀ ਤੋਂ ਵਿਸ਼ੇਸ਼ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 17400 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ ਅੱਜ ਦੋ ਵਿਸ਼ੇਸ਼ ਉਡਾਣਾਂ ਰਾਹੀਂ ਸੇਵਾ ਤੋਂ 400 ਤੋਂ ਵੱਧ ਭਾਰਤੀਆਂ ਨੂੰ ਘਰ ਵਾਪਸ ਲਿਆਏ ਜਾਣ ਦੀ ਸੰਭਾਵਨਾ ਹੈ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਆਪਰੇਸ਼ਨ ਗੰਗਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਯੂਕਰੇਨ ਤੋਂ ਵਾਪਸ ਆਏ ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੂੰ ਅੱਜ ਹਮੀਰਪੁਰ ਵਿੱਚ ਮਿਲਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਆਪਰੇਸ਼ਨ ਗੰਗਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਦਿਆਰਥੀਆਂ ਨੂੰ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਾਉਣ ਅਤੇ ਉਹਨਾਂ ਦੀ ਸੁਰੱਖਿਅਤ ਘਰ ਵਾਪਸੀ ਯਕੀਨੀ ਬਣਾਉਣ ਲਈ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਯੂਕਰੇਨ ਵਿੱਚ ਪੜਾਈ ਕਰਨ ਵਾਲੇ ਭਾਰਤੀ ਵਿਦਿਆਰਥੀ ਵਕਫ ਵਕ ਦੂਤ ਕਰਾਂ ਦੀ ਮਦਦ ਨਾਲ ਸੁਰਖਿਅਤਕਰ ਵਾਪਸ ਪਰਤ ਰਹੇ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਮਲੋਦੀ ਸ਼ਰੂਤੀ ਲੋਟਾਵਾ ਵੀ 3 ਸਾਲ ਲਈ ਖਾਰਕਿਵ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜਾਈ ਵਿੱਚ ਚੱਲੇ ਚੜਕੇ ਸੁਰਖਿਅਤ ਘਰ ਪਰਤੀਏ ਸ਼ਰੂਤੀ ਦੀ ਘਰ ਵਾਪਸੀ ਤੇ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਸ਼ਰੂਤੀ ਨੇ ਆਪਣੀ ਸੁਰਖਿਅਤਕਰ ਵਾਪਸੀ ਲਈ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ ਪੜ੍ਹ ਚ ਰ ਕਰਨੇ ਬਹੁਤ ਸਾਡੀ ਹੈਲਪ ਕਰੀ ਸਾਨੂੰ ਸਾਡਾ ਅਜ ਹੁਣ ਤੱਕ ਦਾ ਕੋਈ ਪੈਸਾ ਨਹੀਂ ਲੱਗਿਆ ਇੱਕ ਵੀ ਪੈਸਾ ਨਹੀਂ ਲੱਗਿਆ ਨਾ ਜੈਟੀਟ ਕਿਟ ਦਾ ਪੈਸਾ ਲੱਗਿਆ ਨਾ ਸਿਰ ਟ੍ਰੇਨ ਦੇ ਟਰੈਵਲਿੰਗ ਦਾ ਪੈਸਾ ਲੱਗਿਆ ਨਾ ਸਾਡੇ ਰਹਿਣ ਦਾ ਪੈਸਾ ਲੱਗਿਆ ਮੈਂ ਹੰਗਰੀ ਵੀ ਰਹਿ ਕੇ ਆਈਆਂ ਤਿੰਨ ਦਿਨ ਤੇ ਸਾਡਾ ਹੋਟਲ ਦੇ ਅਕਮੋਡੇਸ਼ਨ ਕੁਝ ਵੀ ਕਿਸੇ ਕੋਈ ਪੈਸਾ ਨਹੀਂ ਲੱਗਿਆ ਸਾਰਾ ਜੋ ਵੀ ਖਰਚਾ ਸੀਗਾ ਸਾਰਾ ਮੋਦੀ ਦੇ ਗਵਰਨਮੈਂਟ ਨੇ ਐਮਬੈਸੀ ਨੇ ਸਾਰਾ ਚੁੱਕਿਆ ਪੰਜਾਬ ਐਸੈਂਬਲੀ ਚੋਣਾਂ ਲਈ 2 ਫਰਵਰੀ ਨੂੰ ਹੋਈ ਪੋਲਿੰਗ ਦੀ ਗਿਣਤੀ 10 ਮਾਰਚ ਨੂੰ ਕੀਤੀ ਜਾਵੇਗੀ ਇਸ ਲਈ ਸਾਰੇ 117 ਐਸੈਂਬਲੀ ਹਲਕਿਆਂ ਵਿੱਚ ਪ੍ਰਸ਼ਾਸਨ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਸ ਗਿਣਤੀ ਆਉਣ ਵਾਲੇ ਰੁਝਾਨਾ ਨਤੀਜਿਆਂ ਚੋਣਵੀਂ ਉਲਟਫੇਰ ਅਤੇ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਸਮੇਤ ਨਤੀਜਿਆਂ ਨਾਲ ਜੁੜੇ ਹੋਰ ਕਈ ਪੱਖ ਦੇ ਮੁੱਦਿਆਂ ਤੇ ਡੀੜੀ ਪੰਜਾਬੀ ਵੱਲੋਂ ਆਪਣੇ ਸਟੂਡੀਓ ਵਿੱਚ ਜਨadesh ਪੰਜਾਬ 2022 ਤਹਿ ਚਰਚਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਇਸ ਚਰਚਾ ਦਾ ਸਿੱਤਾ ਪਰਸਾਰਨ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਦਿਨ ਭਰ ਤੱਕ ਚੱਲਦਾ ਰਹੇਗਾ ਇਸ ਵਿੱਚ ਵਕਵਕ ਵਿਸ਼ਿਆਂ ਦੇ ਮਾਹਿਰ ਡीडी ਪੰਜਾਬੀ ਦੇ ਦਰਸ਼ਕਾਂ ਨਾਲ ਰੂਬਰੂ ਹੋਣਗੇ ਜਨ ਅਦੇਸ਼ 2022 10 ਮਾਰਚ ਦਿਨ ਵੀਰਵਾਰ ਸੂਰੇ ਸੱਤ ਵਜੇ ਤੋਂ ਲਗਾਤਾਰ ਸਿੱਧਾ ਪ੍ਰਸਾਰਣ ਡीडी ਪੰਜਾਬੀ ਤੇ ਖਬਰਾਂ ਦੇ ਬੁਲੇਟਿਨ ਸਾਡੀ ਦਰਸ਼ਕ RNU DDK ਜਲੰਧ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਦੇਖ ਸਕਦੇ ਨੇ। ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ ਮੈਂ ਮਾਸਕ ਲਗਾ ਕੇ ਸਟੂਡੀਓ ਤੋਂ ਬਾਹਰ ਜਾ ਰਹੀ ਹਾਂ ਬਾਹਰ ਜਾਣ ਵੇਲੇ ਤੁਸੀਂ ਵੀ ਮਾਸਕ ਲਗਾ ਕੇ ਜਾਓ। ਇਜਾਜ਼ਤ ਦਿਓ। ਨਮਸਕਾਰ।